भारतीय क्रिकेट टीम के स्टार बल्लेबाज ते साबका क्रिकेटर युवराज सिंह की मां तो 40 लाख रुपए फिरौती मंगी गई है जी। बिल्कुल तुसी सही सुनिया, 40 लाख रुपए की फिरौती युवराज सिंह की मां तो मंगी गई है। मामला की है तुहानू ये भी दस दियां कि उन्हां वालों एक केयरटेकर लड़की रखी हुंदी है, तो जदों लड़की वालों ही उसकी मां नू डरा के यह 40 लाख रुपए फिरौती है जिहड़ी ਉਹ ਮੰਗੀ ਗਈ ਸੀ। ਤਾਂ ਉਦੋਂ ਹੀ ਜਦੋਂ ਮੰਗਲਵਾਰ ਨੂੰ ਲੜਕੀ 5 ਲੱਖ ਰੁਪਇਆ ਫਿਰੌਤੀ ਲੈਣ ਆਉਂਦੀ ਹੈ ਤਾਂ ਪੁਲਿਸ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ। ਤਾਂ ਕਿਵੇਂ ਇਹ ਸਾਰਾ ਮਾਮਲਾ ਜਿਹੜਾ ਸਾਹਮਣੇ ਆਇਆ ਤੁਹਾਨੂੰ ਪੂਰਾ ਵੇਰਵਾ ਦੱਸਦੇ ਹਾਂ। ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਤੋਂ 40 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ 'ਚ ਹੇਮਾ ਉਰਫ ਡਿੰਪੀ ਨਾਮ ਦੀ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਇਲਜ਼ਾਮ ਨੇ ਕਿ ਲੜਕੀ ਝੂਠੇ ਕੇਸ ਫਸਾਉਣ ਦਾ ਡਰ ਦਿਖਾ ਕੇ 40 ਲੱਖ ਰੁਪਏ ਦੀ ਫਿਰੌਤੀ ਮੰਗ ਰਹੀ ਸੀ। ਲੜਕੀ ਤੇ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਤੋਂ 40 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਮੰਗਲਵਾਰ ਨੂੰ ਜਦੋਂ ਉਹ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਣ ਆਈ ਤਾਂ ਉਸਨੂੰ ਗੁਰੂਗ੍ਰਾਮ ਪੁਲਿਸ ਨੇ ਐਡਵਾਂਸ ਪੈਸੇ ਲੈਂਦਿਆਂ ਗ੍ਰਿਫਤਾਰ ਕਰ ਲਿਆ। ਦਰਅਸਲ ਯੁਵਰਾਜ ਸਿੰਘ ਦੀ ਮਾਂ ਗੁਰੂਗ੍ਰਾਮ ਦੇ DLF ਫੇਜ਼ 1 'ਚ ਰਹਿੰਦੀ ਹੈ। ਉਹਨਾਂ ਨੇ DLF ਫੇਜ਼ 1 ਥਾਣੇ 'ਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਉਹਨਾਂ ਦੱਸਿਆ ਕਿ 2022 'ਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਛੋਟੇ ਭਰਾ ਜੁਰਾਵਰ ਸਿੰਘ ਲਈ ਹੇਮਾ ਕੁਸ਼ਕ ਉਰਫ ਡਿੰਪੀ ਨਾਮ ਦੀ ਇੱਕ ਕੇਅਰਟੇਕਰ ਨੂੰ ਹਾਇਰ ਕੀਤਾ ਗਿਆ ਸੀ। ਜੁਰਾਵਰ ਪਿਛਲੇ 10 ਸਾਲਾਂ ਤੋਂ ਡਿਪਰੈਸ਼ਨ ਨਾਲ ਜੂਝ ਰਿਹਾ ਸੀ, ਇਸ ਕਾਰਨ ਡਿੰਪੀ ਨੂੰ ਉਸਦੀ ਦੇਖਭਾਲ ਲਈ ਰੱਖਿਆ ਗਿਆ। ਯੁਵਰਾਜ ਦੀ ਮਾਂ ਸ਼ਬਨਮ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਹੇਮਾ ਕੌਸ਼ਿਕ ਨੂੰ ਸ਼ੁਰੂਆਤੀ ਦਿਨਾਂ 'ਚ ਹੀ ਕੇਅਰਟੇਕਰ ਦੀਆਂ ਗਤੀਵਿਧੀਆਂ ਸ਼ੱਕੀ ਪਾਏ ਜਾਣ 'ਤੇ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਲੜਕੀ ਨੇ ਸ਼ਬਨਮ ਸਿੰਘ ਨੂੰ ਫਿਰੌਤੀ ਦੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਮਈ 2023 'ਚ ਹੇਮਾ ਕੌਸ਼ਿਕ ਉਰਫ ਡਿੰਪੀ ਨੂੰ ਸ਼ਬਨਮ ਸਿੰਘ ਦੇ ਵਟਸਐਪ 'ਤੇ ਲਗਾਤਾਰ ਮੈਸੇਜ ਅਤੇ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਜਿਸ 'ਚ ਹੇਮਾ ਕੌਸ਼ਿਕ ਨੇ ਸ਼ਬਨਮ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਸ਼ਬਨਮ ਸਿੰਘ ਦੇ ਪਰਿਵਾਰ ਨੂੰ ਝੂਠੇ ਕੇਸ 'ਚ ਫਸਾਏਗੀ ਅਤੇ ਉਹਨਾਂ ਨੂੰ ਬਦਨਾਮ ਕਰੇਗੀ। ਇਸ ਦੇ ਬਦਲੇ ਹੇਮਾ ਨੇ ਸ਼ਬਨਮ ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਅਤੇ ਮੰਗਲਵਾਰ ਨੂੰ ਪਹਿਲੀ ਕਿਸ਼ਤ ਲੈਂਦਿਆਂ ਹੀ ਉਸਨੂੰ 5 ਲੱਖ ਰੁਪਏ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਅਰਟੇਕਰ ਹੇਮਾ ਕੌਸ਼ਿਕ ਉਰਫ ਡਿੰਪੀ ਵਿਰੁੱਧ IPC ਦੀ ਧਾਰਾ 384 ਤਹਿਤ ਫਿਰੌਤੀ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹੇਮਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।